ਕਿਸੇ ਚੀਜ਼ ਨੂੰ ਟੱਚ ਕਰਨ ਤੋਂ ਵੀ ਘਬਰਾਉਨੇ ਆ ਮਿੰਟ ਮਿੰਟ ਦੇ ਹੱਥਾਂ ਨੂੰ ਸੈਨੇਟਾਈਜ਼ਰ ਲਾਉਨੇ ਆ ਬਾਬਾ ਤੇਰਾ ਮੋਦੀ ਖਾਨਾ ਹਰ ਇੱਕ ਸ਼ਹਿਰ ਚ ਖੋਲਾਂਗੇ ਤੇਰੇ ਦੱਸੇ ਮਾਰਗ ਤੇ ਚੱਲ ਤੇਰਾ ਤੇਰਾ ਤੋਲਦੇ ਜਿਹੜੇ ਕਰਦੇ ਯਾਰ ਗਦਾਰੀ ਬਾਬਾ ਨਾਨਕ ਤੇਰੀ ਦੁਨੀਆ ਏਦਾਂ ਦੀ ਕਿਉਂ ਹੋ ਰਹੀ ਹੈ ਗੰਗਾ ਜਲ ਨੂੰ ਛੱਡ ਕੇ ਅੱਜ ਕੱਲ ਹਸਪਤਾਲ ਕੋਲ ਕਰੋਨਾ ਮਹਾਂਮਾਰੀ ਦੇ ਦੌਰਾਨ ਤੁਸੀਂ ਦੇਖਿਆ ਕਿ ਲੋਕਾਂ ਨੇ ਅਲੱਗ ਅਲੱਗ ਤਰ੍ਹਾਂ ਦੇ ਉਤਾਰ ਚੜਾਵ ਦੇਖੇ ਅਤੇ ਲੇਕਿਨ ਇਸ ਉਤਾਰ ਚੜਾਵ ਦੇ ਵਿੱਚ ਇਸ ਮਹਾਂਮਾਰੀ ਦੇ ਦੌਰਾਨ ਕੁਛ ਦੋ ਗਾਇਕ ਐਸੇ ਵੀ ਸੀ ਜਿਨ੍ਹਾਂ ਨੇ ਥੋੜ੍ਹੇ ਸਮੇਂ ਦੇ ਵਿੱਚ ਅਲੱਗ ਮੁਕਾਮ ਬਣਾਇਆ ਔਰ ਕਰੋਨਾ ਮਹਾਂਮਾਰੀ ਦੇ ਦੌਰਾਨ ਉਹਨਾਂ ਨੇ ਸਾਡੇ ਪੰਜਾਬ ਨੂੰ ਸੂਫੀ ਗਾਇਕੀ ਦੇ ਐਸੇ ਗੀਤ ਦਿੱਤੇ ਕਿ ਜਿਹਦੇ ਨਾਲ ਕਿ ਅਲੱਗ ਜਿਹੜਾ ਲੋਕਾਂ ਦੇ ਵਿੱਚ ਇੱਕ ਸੰਦੇਸ਼ ਜਾ ਸਕੇ ਅਤੇ ਉਹ ਹੈਗੇ ਨੇ ਸਾਡੇ ਨਾਲ ਮੌਜੂਦ ਇਸ ਸਮੇਂ ਵਰਿੰਦਰ ਢਿੱਲੋਂ ਅਤੇ ਨਾਲ ਹੀ ਸ਼ਮਸ਼ੇਰ ਲਹਿਰੀ ਉਹ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਮੌਜੂਦ ਹੈਗੇ ਨੇ ਔਰ ਵਿਸ਼ੇਸ਼ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਅਤੇ ਜੀ ਤੁਹਾਡਾ ਸਵਾਗਤ ਹੈ ਵਰਿੰਦਰ ਜੀ ਸਾਡੇ ਜਿਹੜੀ ਕਾਰਜਕ੍ਰਮ ਦੈਨਿਕ ਸਵੇਰਾ ਦੇ ਵਿੱਚ ਔਰ ਸਰ ਤੁਸੀਂ ਕੀ ਸੰਦੇਸ਼ ਲੈ ਕੇ ਚੱਲੇ ਸੀ ਅਤੇ ਦੋਨੇ ਸ਼ਮਸ਼ੇਰ ਲਹਿਰੀ ਜੀ ਅਤੇ ਤੁਸੀਂ ਦੋਨੋਂ ਜਦੋਂ ਇਕੱਠੇ ਹੋਏ ਅਤੇ ਕਿਸ ਤਰ੍ਹਾਂ ਤੁਸੀਂ ਸੋਚਿਆ ਸਭ ਤੋਂ ਪਹਿਲਾਂ ਦੈਨਿਕ ਸਵੇਰਾ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਸਾਡੇ ਦੋਵਾਂ ਭਰਾਵਾਂ ਵੱਲੋਂ ਸਤਿ ਸ਼੍ਰੀ ਅਕਾਲ ਪਿਆਰ ਸਤਿਕਾਰ ਔਰ ਮਾਲਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਰ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਚਾਹਾਂਗੇ ਕਿ ਜਿਸ ਗਾਣੇ ਤੋਂ ਤੁਸੀਂ ਲੋਕਾਂ ਦੇ ਵਿੱਚ ਚਰਚਾ ਦਾ ਇੱਕ ਵਿਸ਼ੇ ਬਣੇ ਸੀ ਉਹ ਗੀਤ ਦੇ ਦੋ ਬੋਲ ਸਾਡੇ ਦਰਸ਼ਕਾਂ ਨੂੰ ਤੁਹਾਨੂੰ ਫੈਲੀ ਕੈਸੀ ਅੱਗ ਸਾਰਾ ਸੜੀ ਜਾਂਦਾ ਜੱਗ ਫੈਲੀ ਕੈਸੀ ਅੱਗ ਸਾਰਾ ਸੜੀ ਜਾਂਦਾ ਜੱਗ ਇੱਕ ਦੂਸਰੇ ਤੋਂ ਅਲੱਗ ਲੋਕ ਮਰੀ ਜਾਂਦੇ ਐ ਮੇਰ ਕਰ ਬਾਬਾ ਕੇ ਠੰਡ ਬਰਸਾ ਦੇ ਤੇਰੇ ਬੱਚੜੇ ਘਰਾਂ ਚ ਬੈਠੇ ਡਰੀ ਜਾਂਦੇ ਐ ਮੇਰ ਕਰ ਬਾਬਾ ਕੇ ਠੰਡ ਬਰਸਾ ਦੇ ਤੇਰੇ ਬੱਚੜੇ ਘਰਾਂ ਚ ਬੈਠੇ ਡਰੀ ਜਾਂਦੇ ਐ ਬਹੁਤ ਅੱਛਾ ਸੰਦੇਸ਼ ਦਿੱਤੇ ਜਾ ਰਿਹਾ ਤੁਹਾਡੇ ਇਸ ਸੂਫੀ ਸੰਗੀਤ ਦੇ ਮਾਧਿਅਮ ਰਾਹੀਂ ਤੁਸੀਂ ਕਿਸ ਤਰ੍ਹਾਂ ਸੋਚਿਆ ਕਿ ਕਰੋਨਾ ਮਹਾਂਮਾਰੀ ਜਦੋਂ ਚੱਲ ਰਹੀ ਸੀ ਉਸ ਸਮੇਂ ਲੋਕ ਘਰਾਂ 'ਚ ਬੈਠੇ ਹੋਏ ਸੀ ਤੁਸੀਂ ਬਾਹਰ ਨਿਕਲੇ ਲੋਕਾਂ ਨੂੰ ਇੱਕ ਐਸਾ ਸੰਦੇਸ਼ ਦਿੱਤਾ ਕਿ ਜਿਹਦੇ ਨਾਲ ਇੱਕ ਜੱਗ ਦੇ ਵਿੱਚ ਇੱਕ ਅਲੱਗ ਮੁਕਾਮ ਤੁਸੀਂ ਵੀ ਹਾਸਿਲ ਵੀ ਕੀਤਾ ਅਤੇ ਸੰਦੇਸ਼ ਵੀ ਲੈ ਕੇ ਆਏ ਉਹ ਸੰਦੇਸ਼ ਕਿਸ ਮਾਧਿਅਮ ਨਾਲ ਲੈ ਕੇ ਚੱਲੇ ਸੀ ਬਾਣੀ ਕਹਿੰਦੀ ਹੈ ਸੋਚੈ ਸੋਚ ਨਾ ਹੋਵੀ ਜੇ ਸੋਚੀ ਲੱਖ ਵਾਰ ਇਹ ਕੁਛ ਵੀ ਅਭਿਸ਼ੇਕ ਜੀ ਹੋ ਰਿਹਾ ਸੋਚਣ ਨਾਲ ਨਹੀਂ ਹੁੰਦਾ ਇਹ ਕਰੇ ਕਰਾਵੇ ਆਪੇ ਆਪ ਮਾਨਸ ਕੇ ਕਿਸ਼ਨਾਈ ਹੱਥ ਕੁਛ ਵੀ ਬੰਦਾ ਆਪ ਨਹੀਂ ਕਰ ਰਿਹਾ ਸਭ ਕੁਛ ਮਾਲਕ ਅਕਾਲ ਪੁਰਖ ਆਪ ਕਰ ਰਿਹਾ ਉਹਨੇ ਸਭ ਦੀਆਂ ਡਿਊਟੀਆਂ ਲਾਈਆਂ ਵੀ ਹੈ ਇਹ ਕਰੋਨਾ ਮਹਾਂਮਾਰੀ ਦੇ ਦੌਰਾਨ ਜਦੋਂ ਅਸੀਂ ਦੇਖਿਆ ਵੀ ਸਾਰੀ ਦੁਨੀਆ ਅਸੀਂ ਵੀ ਦੁਨੀਆ ਦਾ ਹਿੱਸਾ ਸਾਰੀ ਦੁਨੀਆ ਚਿੰਤਤ ਹੈ ਪਰੇਸ਼ਾਨ ਹੈ ਡਿਪਰੈਸ਼ਨ ਦੇ ਵਿੱਚ ਹੈ ਸਭ ਦਾ ਬੁਰਾ ਹਾਲ ਹੈ ਤਾਂ ਉਹ ਇੱਕ ਦਰਦ ਸੀ ਇੱਕ ਪੀੜ ਸੀ ਸਾਰਿਆਂ ਦੀ ਸਾਡੇ ਸਾਰਿਆਂ ਦੀ ਆਪਣੇ ਸਾਰਿਆਂ ਦੀ ਉਹ ਜਿਹੜੀ ਪੀੜ ਨੇ ਇੱਕ ਗਾਣੇ ਦਾ ਰੂਪ ਧਾਰ ਕੇ ਉਹ ਗਾਣਾ ਬਣ ਕੇ ਬਾਹਰ ਨਿਕਲੀ ਹੈ ਆਵਾਜ਼ ਦੇ ਵਿੱਚ ਇੰਨੀ ਕੁ ਮਿਠਾਸ ਹੈ ਕਿ ਦਰਦ ਵੀ ਹੈ ਉਹ ਲੋਕਾਂ ਦਾ ਜਿਹੜਾ ਜ਼ਾਹਿਰ ਕਰਦਾ ਹੈ ਬਹੁਤ ਸੋਹਣੀ ਆਵਾਜ਼ ਦੇ ਨਾਲ ਤੁਸੀਂ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਨੇ ਸ਼ੁਰੂਆਤ ਕਿੱਦਾਂ ਕੀਤੀ ਲਿਖਿਆ ਕਿੱਦਾਂ ਅਤੇ ਕਿੱਦਾਂ ਤੁਸੀਂ ਇਹਨੂੰ ਸੋਚਿਆ ਅਤੇ ਬਾਹਰ ਨਹੀਂ ਜਿੱਦਾਂ ਦੱਸਿਆ ਨਾ ਜਿੱਦਾਂ ਸਾਰਿਆਂ ਦਾ ਦਰਦ ਸੀਗਾ ਸਾਰਿਆਂ ਦਾ ਦਰਦ ਸਾਡਾ ਵੀ ਦਰਦ ਹੈ ਕਿਉਂਕਿ ਅਸੀਂ ਵੀ ਸਮਾਜ ਦਾ ਹਿੱਸਾ ਤਾਂ ਉਹ ਜਿਵੇਂ ਨਿਊਜ਼ ਡੇਲੀ ਪੜ੍ਹਦੇ ਸੀ ਸੁਣਦੇ ਸੀ ਦੇਖਦੇ ਸੀ ਹਾਲ ਉਹ ਦਰਦ ਮਤਲਬ ਅੰਦਰੋਂ ਨਿਕਲਿਆ ਵੀ ਕੀ ਮਾਲਕ ਹੈ ਕੀ ਕਿੱਦਾਂ ਦਾ ਟਾਈਮ ਆ ਗਿਆ ਕਿੱਦਾਂ ਦਾ ਸਮਾਂ ਆ ਗਿਆ ਚੰਗੇ ਭਲੇ ਦੁਨੀਆ ਰੰਗੀ ਵੱਸਦੀ ਸੀ ਸਾਰੇ ਜਣੇ ਆਪੋ ਆਪਣੇ ਘਰਾਂ ਦੇ ਵਿੱਚ ਖੁਸ਼ ਸੀਗੇ ਆਪਣੇ ਆਪਣੇ ਕੰਮਾਂ ਘਰਾਂ 'ਤੇ ਜਾਂਦੇ ਸੀ ਵੀ ਆ ਇੱਕਦਮ ਅਚਾਨਕ ਕੀ ਹੋ ਗਿਆ ਕਿਉਂ ਹੋ ਗਿਆ ਤਾਂ ਉਹ ਇੱਕ ਗਾਣਾ ਬਸ ਇੱਦਾਂ ਹੀ ਨਿਕਲ ਕੇ ਆ ਗਿਆ ਕਿ ਦਿਨੇ ਕਿਉਂ ਛਾ ਗਿਆ ਹਨੇਰਾ ਬਾਬਾ ਦਿਸਦਾ ਨਹੀਂ ਸਵੇਰਾ ਬਾਬਾ ਬੱਚਾ ਬੱਚਾ ਤੇਰਾ ਬਾਬਾ ਅਣ ਆਈ ਕਿਉਂ ਮਰ ਰਿਹਾ ਹੈ ਕਿ ਤੇਰੇ ਹੁੰਦਿਆਂ ਕੌਣ ਸਾਡੇ ਨਾਲ ਐਡਾ ਧੱਕਾ ਕਰ ਰਿਹਾ ਇਹ ਲਿਖਤਾਂ ਜਿੱਦਾਂ ਟੀਮ ਵਰਕ ਹੈ ਜਿੱਦਾਂ ਕੋਈ ਵੀ ਚੀਜ਼ ਹੈ ਉਹ ਗੱਲ ਵੀਰਾ ਮੇਰੇ ਨਾਲ ਸ਼ੇਅਰ ਕਰ ਲੈਂਦਾ ਉਹ ਫਿਰ ਮੈਂ ਲਿਖ ਲੈਂਦਾ ਉਹਨੂੰ ਬਿਲਕੁਲ ਇੱਕ ਗੱਲ ਹੋਰ ਪੁੱਛਣਾ ਚਾਹਾਂਗੇ ਜਦੋਂ ਤੁਸੀਂ ਸੰਗੀਤ ਕਰਦੇ ਹੋ ਗਾਉਂਦੇ ਹੋ ਇਹਦਾ ਮਿਊਜ਼ਿਕ ਕਿਸ ਤਰ੍ਹਾਂ ਕਰਦੇ ਹੋ ਕਿੱਦਾਂ ਕੰਪੋਜ਼ ਕਰਦੇ ਹੋ ਕਿਉਂਕਿ ਜਿਸ ਤਰ੍ਹਾਂ ਅੱਜ ਕੱਲ੍ਹ ਤਾਂ ਜਿੱਦਾਂ ਲੋਕਡਾਊਨ ਸੀਗਾ ਅਤੇ ਉਸ ਤੋਂ ਬਾਅਦ ਕਈ ਕੰਪਨੀਆਂ ਵੀ ਬੰਦ ਸੀਗੀਆਂ ਲੋਕਾਂ ਦੇ ਰੋਜ਼ਗਾਰ ਜਿਹੜੇ ਗਾਇਕਾਂ ਦੇ ਰੋਜ਼ਗਾਰ ਵੀ ਖੋਏ ਗਏ ਸੀਗੇ ਅਤੇ ਤੁਸੀਂ ਇਹਨੂੰ ਕਿਸ ਤਰ੍ਹਾਂ ਕੰਪੋਜ਼ ਕਰਦੇ ਨਹੀਂ ਅਸੀਂ ਵੈਸੇ ਜਿਹੜੀ ਸਾਡੀ ਜ਼ਿੰਦਗੀ ਹੈ ਸਾਡੀ ਜ਼ਿੰਦਗੀ ਅਕਸਰ ਹੀ ਇੱਦਾਂ ਚੱਲਦੀ ਰਹਿੰਦੀ ਅਸੀਂ ਅਕਸਰ ਹੀ ਬੈਠੇ ਰਾਤ ਨੂੰ ਬੈਠੇ
ਆਪਦਾ ਕੰਮ ਕਰਦੇ ਰਹਿੰਦੇ ਹਾਂ, ਗਾਣਾ ਗਾਉਂਦੇ ਰਹਿੰਦੇ ਹਾਂ, ਪ੍ਰੈਕਟਿਸ ਰਿਆਜ਼ ਕਰਦੇ ਰਹਿੰਦੇ ਹਾਂ, ਤਾਂ ਸਾਡੀ ਜ਼ਿੰਦਗੀ ਤਾਂ ਬਿਲਕੁਲ ਉੱਦਾਂ ਦੀ ਚੱਲੀ ਜਾ ਰਹੀ ਸੀ। ਗਾਣਾ ਲਿਖਿਆ, ਉਹਨੂੰ ਬੈਠ ਕੇ ਪੂਰੀ ਟੀਮ ਹੈ ਸਾਡੀ, ਜਿਹਦੇ ਵਿੱਚ ਮਨੋਹਰ ਲਾਲ ਜੀ ਹੈ, ਰਾਜਕੁਮਾਰ ਜੀ ਹੈ, ਰਵਿੰਦਰ ਸ਼ਰਮਾ ਜੀ ਹੈ, ਅਸੀਂ ਕੋਈ ਵੀ ਚੀਜ਼ ਲਿਖਦੇ ਹਾਂ ਉਹਨੂੰ ਬੈਠ ਕੇ ਉਹਨੂੰ ਮਾਂਜਦੇ ਰਹਿੰਦੇ, ਉਹਨੂੰ ਪ੍ਰੈਕਟਿਸ ਕਰਦੇ ਰਹਿੰਦੇ, ਉਹਨੂੰ ਕੰਪੋਜ਼ ਕਰਦੇ ਰਹਿੰਦੇ ਹਾਂ, ਸਾਰੀ ਟੀਮ ਵਰਕ ਹੈ, ਸਾਰੇ ਜਾਣੇ ਉਹਦੇ ਉਹਨੂੰ ਪੋਲਿਸ਼ ਕਰਦੇ ਰਹਿੰਦੇ ਹਾਂ। ਗੰਗਾ ਜਲ ਵੀ ਤੁਹਾਡਾ ਆਇਆ ਜੀ? ਬਿਲਕੁਲ ਜੀ, ਬਿਲਕੁਲ। ਵੇਖ ਲੈ ਬਾਬਾ ਤੇਰੀ ਦੁਨੀਆ ਕਿੰਨੀ ਮੈਲੀ ਹੋ ਰਹੀ ਹੈ, ਗੰਗਾ ਜਲ ਨੂੰ ਛੱਡ ਕੇ ਅੱਜ ਕੱਲ ਹੱਥ ਅਲਕੋਹਲ ਨਾ ਧੋ ਰਹੀ ਹੈ। ਵੇਖ ਲੈ ਬਾਬਾ ਤੇਰੀ ਦੁਨੀਆ ਕਿੰਨੀ ਮੈਲੀ ਹੋ ਰਹੀ ਹੈ, ਗੰਗਾ ਜਲ ਨੂੰ ਛੱਡ ਕੇ ਅੱਜ ਕੱਲ ਹੱਥ ਅਲਕੋਹਲ ਨਾ ਧੋ ਰਹੀ ਹੈ। ਬਹੁਤ ਵਧੀਆ, ਬਹੁਤ। ਇਹ ਤਾਂ ਜਿਹੜੇ ਲਫ਼ਜ਼ ਤੁਸੀਂ ਕਹੇ ਆ ਜੀ, ਇਹ ਦੁਨੀਆਂ ਨੂੰ ਤਾਂ ਸਿੱਖ ਲੈਣੀ ਚਾਹੀਦੀ ਹੈ। ਬਿਰਿੰਦਰ, ਤੁਸੀਂ ਜੀ ਕੀ ਕਹਿਣਾ ਚਾਹੋਗੇ ਜੀ, ਕਿਸ ਤਰ੍ਹਾਂ ਤੁਸੀਂ ਸੋਚਦੇ ਹੋ ਕਿ ਇਹ ਚੀਜ਼ ਗੰਗਾ ਜਲ ਵਾਲੀ ਤੁਸੀਂ ਸੋਚੀ, ਕੀ ਤੁਸੀਂ ਸੋਚਿਆ ਸੀਗਾ? ਨਹੀਂ ਅਭਿਸ਼ੇਕ ਜੀ, ਗਲਤ ਹੈ ਵੀ ਆਪਾਂ ਲੋਕਾਂ ਨੇ ਪ੍ਰਕਿਰਤੀ ਦੇ ਉੱਤੇ ਹੈ ਨਾ ਇੰਨਾ ਕਹਿਰ ਸਾਰਿਆਂ ਨੇ ਆਪਾਂ ਲੱਗੇ ਹੋਏ ਹਾਂ ਪ੍ਰਕਿਰਤੀ ਨੂੰ ਬਰਬਾਦ ਕਰਨ 'ਚ ਹੈ ਨਾ, ਆਪਾਂ ਨੂੰ ਹੋਸ਼ ਹੀ ਹੈ ਨਹੀਂ ਵੀ ਮਾਲਕ ਕੋਈ ਚੀਜ਼ ਹੈ ਜਾਂ ਆਪਾਂ ਕਿੱਥੋਂ ਆਏ ਹਾਂ, ਕਿੱਥੇ ਜਾਣੇ ਹੈ, ਜਾਣਾ ਹੈਗਾ ਕਾਹਦੇ ਵਾਸਤੇ ਆਪਾਂ ਇੱਥੇ ਆਏ ਹਾਂ। ਹਰ ਬੰਦਾ ਪੈਸੇ ਦੀ ਭੱਜ ਨੱਠ ਦੇ ਵਿੱਚ ਹੈ ਨਾ, ਜਿਹੜਾ 5 ਕਿੱਲਾਂ ਵਾਲਾ ਉਹ ਕਹਿੰਦਾ ਵੀ ਮੈਨੂੰ 10 ਹੋ ਜਾਣ, 10 ਵਾਲਾ ਕਹਿੰਦਾ 20 ਹੋ ਜੇ, ਪ੍ਰੋਪਰਟੀ 500 ਗਜ਼ ਵਾਲਾ ਮਕਾਨ ਵਾਲਾ ਕਹਿੰਦਾ ਮੈਂ 1000 ਗਜ਼ ਵਾਲਾ ਲੈ ਲਿਆ ਹੈ ਨਾ, ਛੋਟੀ ਸਕੋਰਪੀਓ ਵਾਲਾ ਕਹਿੰਦਾ ਮੈਂ ਮਰਸਡੀਜ਼ ਲੈ ਲਾਂ। ਹਰ ਬੰਦਾ ਭੱਜੀ ਜਾ ਰਿਹਾ, ਭੱਜੀ ਜਾ ਰਿਹਾ, ਕੱਲ ਦੇ ਵਿੱਚ ਜਿਉਣ ਦੀ ਕੋਸ਼ਿਸ਼ ਕਰ ਰਿਹਾ, ਜਦੋਂ ਕਿ ਕੱਲ੍ਹ ਕਦੇ ਵੀ ਨਹੀਂ ਆਉਣਾ, ਅੱਜ ਹੀ ਰਹਿਣਾ, ਕੱਲ੍ਹ ਜਿਹੜਾ ਆਊਗਾ ਉਹ ਵੀ ਅੱਜ ਬਣ ਜਾਊਗਾ, ਪਰ ਆਪਾਂ ਅੱਜ ਦੇ ਵਿੱਚ ਜਿਉਂਦੇ ਹੈ ਨਹੀਂ। ਅਤੇ ਸਾਰਿਆਂ ਨੇ ਹੀ ਉਹਦਾ ਕਹਿਣ ਦਾ ਭਾਵ ਇਹ ਸੀਗਾ ਵੀ ਇੰਨੇ ਸਾਡੇ ਉਹ ਆ ਗਏ ਵੀ ਲੋਕ ਗੰਗਾ ਨੂੰ ਪਵਿੱਤਰ ਮੰਨਦੇ ਹੈ ਨਾ, ਉੱਥੇ ਲੋਕ ਜਾਂਦੇ ਹੈ ਆਪਣੇ ਬਈ ਉੱਥੇ ਜਾ ਕੇ ਪਾਪ ਕੱਟੇ ਜਾਣਗੇ ਹੈ ਨਾ, ਵੀ ਉਹ ਪਾਣੀ ਵੀ ਅੱਜ ਕੱਲ੍ਹ ਕੰਮ ਨਹੀਂ ਦੇ ਰਿਹਾ, ਸੈਨੀਟਾਈਜ਼ਰ ਯੂਜ਼ ਕਰਨਾ ਪੈ ਰਿਹਾ ਹੈ। ਅਤੇ ਇੱਕ ਗੱਲ ਹੋਰ ਵੀ ਹੈ, ਆਪਣੇ ਲੋਕਾਂ ਦੇ ਵਿੱਚ ਵੱਡਾ ਭਰਮ ਇਹ ਰਹਿੰਦਾ ਹੈ ਬਈ ਆਪਾਂ ਗੰਗਾ ਜਾਈਏ ਉੱਥੇ ਪਾਪ ਕੱਟੇ ਜਾਣਗੇ ਹੈ ਨਾ, ਜੇ ਗੰਗਾ ਜਾਣ ਨਾਲ ਪਾਪ ਕੱਟੇ ਜਾਣ ਫਿਰ ਇਸ ਤੋਂ ਆਸਾਨ ਤਰੀਕਾ ਕੋਈ ਵੀ ਦੁਨੀਆਂ 'ਚ ਹੈ ਹੀ ਨਹੀਂ ਵੀ ਆਪਦਾ ਚੰਗੀ ਤਰ੍ਹਾਂ ਪਾਪ ਕਰੋ, ਰਿਸ਼ਵਤਾਂ ਲਿਓ, ਭ੍ਰਿਸ਼ਟਾਚਾਰ ਕਰੋ, ਹੋਰ ਆਪਦੇ ਭਰਾਵਾਂ ਦੇ ਜ਼ਮੀਨਾਂ 'ਚ ਮੁੰਨਾ ਹੜਪੋ, ਪ੍ਰੋਪਰਟੀਆਂ 'ਤੇ ਕਬਜ਼ਾ ਕਰੋ ਅਤੇ ਗੰਗਾ ਜਾ ਕੇ ਡੁੱਬ ਕੇ ਲਾਇਓ, ਸਾਰੇ ਜਿਹੜੇ ਪਾਪ ਆਪਣੇ ਗੰਗਾ ਮਾਤਾ ਦੇ ਉੱਥੇ ਹੋ ਜਾਣਗੇ। ਇਹ ਬੜਾ ਨਹੀਂ, ਬੜਾ ਲੋਕਾਂ ਦੇ ਭਰਮ ਹੈ, ਇਹ ਤਾਂ ਭੋਗਣੇ ਪੈਣਗੇ। ਤਾਂ ਫਿਰ ਕਹਿੰਦੇ ਵੀ ਕੋਈ ਗਲਤੀ ਨਾਲ ਹੋ ਜੇ ਪਾਪ ਤਾਂ ਮਾਲਕ ਸ਼ਾਇਦ ਬਖਸ਼ਦੇ ਨਹੀਂ, ਤਾਂ ਫਿਰ ਉੱਥੇ ਡਾਂਗਾਂ ਪੈਂਦੀਆਂ ਜਮਦੂਤ ਜਿਹੜੇ ਹੈ। ਫਿਰ ਗੁਰੂ ਸਾਹਿਬ ਨੇ ਕਿਹਾ ਵੀ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜੋ ਮਥਨ ਮਦਾਣੀਆਂ ਤਿਉਂ ਮਥੈ ਧਰਮ ਰਾਏ। ਫਿਰ ਜਿਵੇਂ ਪਾਪਾਂ ਵਾਲਾ ਫਿਰ ਨਰਕਾਂ ਸੁੱਟ ਦਿੰਦੇ, ਫਿਰ ਬੁਰਾ ਹਾਲ ਹੀ ਹੁੰਦਾ। ਅਤੇ ਸਾਡੀ ਗੁਜ਼ਾਰਿਸ਼ ਇਹੀ ਹੈ, ਸਾਡੀ ਕੋਸ਼ਿਸ਼ ਵੀ ਇਹੀ ਹੈ ਵੀ ਲੋਕਾਂ ਨੂੰ, ਸਮਾਜ ਨੂੰ ਮਤਲਬ ਆਪਾਂ ਦੇਸੀ ਘਿਓ ਦੇਈਏ ਹੈ ਨਾ, ਇਹ ਡਾਲਡਾ ਰਿਫਾਇੰਡ ਇਹ ਲੋਕਾਂ ਦੇ ਸਾਹਮਣੇ ਨਾ ਲੈ ਕੇ, ਜਿਹੜੀ ਸੱਚਾਈ ਚੀਜ਼ਾਂ ਹੈ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਈਏ। ਤੁਸੀਂ ਦੋਵਾਂ ਨੇ ਇੱਕ ਹੁਣੇ ਇੱਕ ਪਿੱਛੇ ਗਾਣਾ ਵੀ ਗਾਇਆ ਸੀ ਮੋਦੀ ਖਾਂਦੇ ਉੱਤੇ, ਮੋਦੀ ਖਾਨੇ ਬਹੁਤ ਖੁੱਲ੍ਹ ਗਏ ਲੁਧਿਆਣਾ ਸ਼ਹਿਰ 'ਚ, ਤਾਂ ਤੁਸੀਂ ਦੇਖਿਆ ਹੋਏਗਾ ਕਿ ਨਿੱਤ ਇੱਕ ਨਵੇਂ ਮੋੜ 'ਤੇ ਇੱਕ ਮੋਦੀ ਖਾਨਾ ਖੁੱਲ੍ਹਦਾ। ਲੱਗ ਨਹੀਂ ਰਿਹਾ ਕਿ ਮੋਦੀ ਖਾਨੇ ਦੇ ਨਾਮ ਦੇ ਉੱਤੇ ਵੀ ਕਿਤੇ ਨਾ ਕਿਤੇ ਹੁਣ ਵਪਾਰ ਜਿਹੜਾ ਉਹ ਕਾਫੀ ਉੱਪਰ ਲੋਕ ਚੜ੍ਹਾਉਣ ਦੀ ਕੋਸ਼ਿਸ਼ ਕਰਦੇ, ਵਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਅਤੇ ਤੁਸੀਂ ਮੋਦੀ ਖਾਨੇ ਉੱਤੇ ਤੁਸੀਂ ਵੀ ਗਾਣਾ ਗਾਇਆ, ਪਹਿਲਾਂ ਤਾਂ ਉਹਦੇ ਦੋ ਬੋਲ ਸੁਣਾਉਣਾ ਚਾਹਾਂਗਾ। ਬਾਬਾ ਤੇਰਾ ਮੋਦੀ ਖਾਨਾ, ਬਾਬਾ ਤੇਰਾ ਮੋਦੀ ਖਾਨਾ, ਹਰ ਇੱਕ ਸ਼ਹਿਰ 'ਚ ਖੋਲਾਂਗੇ, ਤੇਰੇ ਦੱਸੇ ਮਾਰਗ ਤੇ ਚੱਲ ਤੇਰਾ ਤੇਰਾ ਤੋਲਾਂਗੇ, ਬਾਬਾ ਤੇਰਾ ਮੋਦੀ ਖਾਨਾ। ਇਸ ਮੋਦੀ ਖਾਨੇ ਦੇ ਵਿੱਚ ਤੁਹਾਡਾ ਕੀ ਰਹੱਸ ਛੁਪਿਆ ਹੈ, ਕੀ ਕਹਿਣਾ ਚਾਹੁੰਦੇ ਹੋ ਸਰ? ਕਿਉਂਕਿ ਮੋਦੀ ਖਾਨਾ ਜਿੱਦਾਂ ਹੁਣ ਹਰ ਸ਼ਹਿਰ 'ਚ ਖੁੱਲ੍ਹ ਚੁੱਕਾ, ਲੁਧਿਆਣਾ ਸ਼ਹਿਰ ਤਾਂ ਹਰ ਮੋੜ 'ਤੇ ਖੁੱਲ੍ਹਿਆ, ਤੇਰਾ ਤੇਰਾ ਨਾਮ ਦਾ ਵੀ ਖੁੱਲ੍ਹ ਚੁੱਕੇ ਨੇ, ਕਿਤੇ ਨਾ ਕਿਤੇ ਉਹ ਵਪਾਰ ਦਾ ਇੱਕ ਹਿੱਸਾ ਬਣ ਚੁੱਕਾ ਲੋਕਾਂ ਦਾ। ਦੇਖਿਆ ਜਾ ਰਿਹਾ ਹੈ ਕਿ ਉਸ ਚੀਜ਼ ਨੂੰ ਵਪਾਰੀ ਤੌਰ ਤੇ ਵਪਾਰੀ ਜਿਹੜੇ ਹੈਗੇ ਯੂਜ਼ ਕਰ ਰਹੇ ਇਸ ਇਹਨਾਂ ਨਾਮਾਂ ਨੂੰ। ਨਹੀਂ, ਪਿੱਛੇ ਲੁਧਿਆਣੇ ਇਸ ਮੋਦੀ ਖਾਨਾ ਸੀਗਾ ਜਿਹਦੇ ਦਵਾਈਆਂ ਵਾਲਾ ਤੁਸੀਂ ਸੁਣਿਆ ਹੋਏਗਾ ਕਾਫੀ, ਉਹਦਾ ਰੌਲਾ ਵੀ ਪੈ ਗਿਆ। ਨਹੀਂ ਉਹਦੇ ਬਾਰੇ ਮੈਨੂੰ, ਸਾਨੂੰ ਉਹਦੇ ਬਾਰੇ ਨਹੀਂ ਪਤਾ ਕੁਛ ਕੀ ਹੈ ਉਹ। ਅਸੀਂ ਜਿਹੜਾ ਅਸੀਂ ਗਾਣਾ ਲਿਖਿਆ ਸੀ ਉਹ ਸਾਡੀ ਇੱਕ ਅੰਦਰੋਂ ਭਾਵਨਾ ਸੀ ਵੀ ਇੱਦਾਂ ਦੇ ਮੋਦੀ ਖਾਨੇ, ਇੱਦਾਂ ਦੀਆਂ ਜਿਹੜੇ ਦੁਕਾਨਾਂ ਉਹ ਹੋਣੀਆਂ ਚਾਹੀਦੀਆਂ ਸਾਡੇ ਸਮਾਜ ਦੇ ਵਿੱਚ ਜਿੱਥੇ ਵਾਕਈ 13-13 ਤੋਲਿਆ ਜਾਵੇ, ਉਹ ਗਰੀਬ ਲੋਕਾਂ ਦਾ ਜਿੱਥੇ ਇਲਾਜ ਵੀ ਹੋਵੇ ਹੈ ਨਾ, ਗਰੀਬ ਲੋਕਾਂ ਨੂੰ ਦਵਾਈਆਂ ਮਿਲਣ। ਅੱਜ ਕੱਲ੍ਹ ਕੈਂਸਰ ਦੀਆਂ ਅਤੇ ਇੰਨੀ ਮਹਿੰਗੀ ਮਹਿੰਗੀ ਦਵਾਈਆਂ ਹੈ ਨਾ, ਬਾਕੀ
ਬਾਬਾ ਨਾਨਕ ਦੇ ਨਾਂ 'ਤੇ ਹੈ ਨਾ ਜਿਹੜੇ ਲੋਕ ਠੱਗੀਆਂ ਮਾਰਦੇ ਆ, ਜਿਹੜੇ ਲੋਕ ਇਹਨੂੰ ਮਤਲਬ ਆਪਦੇ ਬਿਜ਼ਨਸ ਦਾ ਹਿੱਸਾ ਬਣਾਉਂਦੇ ਆ, ਉਹ ਮੈਨੂੰ ਨਹੀਂ ਲੱਗਦਾ ਵੀ ਉਹ ਫਕੀਰਾਂ ਦੇ ਨਾਂ 'ਤੇ ਇੱਦਾਂ ਦੀ ਕੋਈ ਵੀ ਚੀਜ਼ ਕਰਨੀ ਚਾਹੀਦੀ ਹੈ। ਜੇ ਕੋਈ ਕਰਦਾ ਹੈ ਤਾਂ ਫਿਰ ਮਾਲਕ ਦੇਖੋ ਬੁਰਾ ਹੀ ਹਾਲ ਹੋਣਾ, ਇਹਨਾਂ ਰਿਜ਼ਲਟ ਚੰਗੇ ਨਹੀਂ ਆਉਣੇ। ਕਿਉਂਕਿ ਬਾਣੀ ਕਹਿੰਦੀ ਹੈ ਜੇਹਾ ਬੀਜੈ ਸੋ ਲੂਣੈ ਕਰਮਾ ਸੰਧੜਾ ਖੇਤ। ਜੇ ਕੋਈ ਮਤਲਬ ਅਸੀਂ ਜਿੱਦਾਂ ਦਾ ਇੱਥੇ ਬੀਜ ਬੀਜਦੇ ਹਾਂ ਸਾਨੂੰ ਉਹੀ ਵੱਢਣਾ ਪੈਂਦਾ। ਜੋ ਅਸੀਂ ਇੱਥੇ ਸਾਨੂੰ ਐਂ ਲੱਗਦਾ ਵੀ ਅਸੀਂ ਕਿਸੇ ਨਾਲ ਠੱਗੀ ਮਾਰ ਰਹੇ ਹਾਂ, ਅਸੀਂ ਬੜਾ ਮੁਨਾਫਾ, ਅਸੀਂ ਤਰੱਕੀ ਕਰ ਰਹੇ ਹਾਂ, ਪਰ ਨਹੀਂ, ਮਾਲਕ ਦੀ ਦਰਗਾਹ ਦੇ ਵਿੱਚ ਰਾਈ ਰਾਈ ਦਾ ਹਿਸਾਬ ਹੈ। ਉੱਥੇ ਠੱਗੀ ਨਹੀਂ ਚੱਲਣੀ, ਇੱਥੇ ਠੱਗੀਆਂ ਚੱਲ ਜਾਣਗੀਆਂ। ਉੱਥੇ ਤਾਂ ਅੱਗੇ ਤਾਂ ਨਿਬੇੜਾ ਹੀ ਹੋਣਾ, ਅੱਗੇ ਤਾਂ ਹਿਸਾਬ ਕਿਤਾਬ ਹੋਣਾ ਹੀ ਹੋਣਾ। ਅਭਿਸ਼ੇਕ ਜੀ, ਹੋਰ ਹੈ ਵੀ ਆਪਾਂ ਕਰਦੇ ਕੀ ਹਾਂ, ਜਿਵੇਂ ਦੁਕਾਨਦਾਰ ਹੈ ਕੋਈ, ਹੈ ਨਾ, ਕੋਈ ਬਿਜ਼ਨਸ ਜਾਂ ਕੋਈ ਵੀ ਹੈ, ਆਪਾਂ ਸ਼ਾਮ ਨੂੰ ਆਉਂਦੇ ਹਾਂ, ਆ ਕੇ ਆਪਾਂ ਪੈਸੇ ਗਿਣਦੇ ਹਾਂ ਨਾ ਵੀ ਅੱਜ 5,000 ਕਮਾਈ ਕਰ ਲਈ, 10 ਕਰ ਲਈ, 20 ਕਰ ਲਈ, 25 ਕਰ ਲਈ, ਹੈ ਨਾ, ਅਤੇ ਉਹਦੇ ਬਰਾਬਰ ਜਿਹੜੇ ਆਪਣੇ ਸਵਾਸ ਕੱਟੇ ਗਏ ਉਹਨਾਂ ਦੀ ਗਿਣਤੀ ਕੋਈ ਵੀ ਨਹੀਂ ਕਰਦਾ, ਪੈਸੇ ਪੈਸਿਆਂ ਦੀ ਕਰੀ ਹੈ। ਇੱਧਰ ਪੈਸੇ ਤਾਂ ਆਪਾਂ ਗਿਣੀ ਜਾ ਰਹੇ ਹਾਂ, ਉੱਧਰ ਸਵਾਸਾਂ ਰੂਪੀ ਜਿਹੜੀ ਪੂੰਜੀ ਹੈ ਉਹ ਘਟੀ ਜਾ ਰਹੀ ਹੈ, ਅਤੇ ਇੱਕ ਸਵਾਸ ਦਾ ਜਿਹੜਾ ਮੁੱਲ ਹੈ ਉਹ ਕਹਿੰਦੇ ਤਰਲੋਕੀ ਜਿੰਨਾ ਹੈ, ਵੀ ਇੱਕ ਸਵਾਸ ਜਿਹੜਾ ਚਲਾ ਗਿਆ। ਉਹ ਕਹਿੰਦੇ ਵੀ ਅਮਰੀਕਾ ਦਾ ਰਾਸ਼ਟਰਪਤੀ ਹੋਵੇ, ਇੰਡੀਆ ਦਾ ਰਾਸ਼ਟਰਪਤੀ, ਪ੍ਰਾਈਮ ਮਿਨਿਸਟਰ ਹੋਵੇ, ਰਾਜਾ ਵੀ ਕੋਈ ਵੀ, ਉਹ ਸ਼ਾਇਦ ਦੁਬਾਰਾ ਆ ਜਾਏ, ਪਰ ਜਿਹੜਾ ਸਾਹ ਚਲਾ ਗਿਆ ਉਹਦਾ ਦੁਬਾਰਾ ਆਉਣਾ ਨਹੀਂ, ਉਹਦੀ ਕੀਮਤ ਕਿੰਨੀ ਜ਼ਿਆਦਾ, ਉਹ ਮੁੜ ਕੇ ਨਹੀਂ ਮਿਲਣਾ ਜਿਹੜੀ, ਕਿਉਂਕਿ ਪਲ ਪਲ ਜਿਹੜੀ ਸਾਨੂੰ ਲੱਗਦਾ ਹੈ ਵੀ ਅਸੀਂ ਬਹੁਤ ਤਰੱਕੀ ਕਰ ਰਹੇ ਹਾਂ, ਪਰ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਮੌਤ ਦੇ ਨਜ਼ਦੀਕ ਹੁੰਦੇ ਜਾ ਰਹੇ ਹਾਂ। ਅਸੀਂ ਪਲ ਪਲ ਮੌਤ ਦੇ ਨਜ਼ਦੀਕ ਹੁੰਦੇ ਜਾ ਰਹੇ ਹਾਂ, ਪਲ ਪਲ ਸਾਡੇ ਨਾਲ ਠੱਗੀ ਹੋ ਰਹੀ ਹੈ ਔਰ ਉਹਨੂੰ ਅਸੀਂ ਭੁੱਲੇ ਬੈਠੇ ਹਾਂ। ਕਿਤੇ ਨਾ ਕਿਤੇ ਇਹ ਵੀ ਨਹੀਂ ਲੱਗ ਰਿਹਾ ਕਿ ਕੁਦਰਤ ਨੇ ਆਪਣੇ ਰੰਗ ਵੀ ਦਿਖਾਇਆ ਕਿ ਮੈਂ ਹਜੇ ਹੈਗਾ, ਅਤੇ ਜਿਹੜਾ ਕੋਰੋਨਾ ਮਹਾਂਮਾਰੀ ਚੱਲੀ, ਕਾਫੀ ਲੋਕਾਂ ਦੀਆਂ ਜਾਨਾਂ ਵੀ ਚਲੀ ਗਈਆਂ, ਕੀਮਤੀ ਜਾਨਾਂ ਗਈਆਂ, ਕਈ ਕੀਮਤੀ ਲੋਕ ਇਹੋ ਜਿਹੇ ਜਿਹੜੇ ਜਿਹਨੇ ਨਾਮੀ, ਜਿਨ੍ਹਾਂ ਨੇ ਅਲੱਗ ਅਲੱਗ ਨਾਮ ਮੁਕਾਮ ਕਮਾਇਆ ਨਾਮ ਦੇ ਨਾਲ ਨਾਲ, ਅਤੇ ਉਹ ਵੀ ਸਾਡੇ ਦੇਸ਼ ਤੋਂ ਚਲੇ ਗਏ, ਉਹ ਲੱਗ ਨਹੀਂ ਰਿਹਾ ਕਿਤੇ ਹੁਣ ਇਹ ਚੀਜ਼ ਵੀ ਹੁਣ ਕੀ ਕਰਨਾ ਚਾਹੁੰਦੇ। ਦੇਖੋ ਜੀ, ਕੁਦਰਤ ਬੜੀ ਬਲਵਾਨ ਹੈ, ਕੁਦਰਤ ਬਲਵਾਨ ਸੀ, ਬਲਵਾਨ ਹੈ, ਅਤੇ ਕੁਦਰਤ ਬਲਵਾਨ ਹੀ ਰਹੇਗੀ, ਕਿਉਂਕਿ ਜਿਹਨੇ ਇਹ ਸ੍ਰਿਸ਼ਟੀ ਦੀ ਰਚਨਾ ਰਚੀ, ਅਸੀਂ ਕਹਿੰਦੇ ਹਾਂ ਵੀ ਅਸੀਂ ਸੇਵਾ ਕਰ ਰਹੇ ਹਾਂ, ਅਸੀਂ ਅਕਸਰ ਸੁਣਦੇ ਹਾਂ ਵੀ ਸੇਵਾ ਕਰ ਰਹੇ ਹਾਂ, ਅਸੀਂ ਮਾਲਕ ਦੀ ਸੇਵਾ ਕਰ ਰਹੇ ਹਾਂ, ਅਸੀਂ ਸੁੱਖ ਸੁੱਖ ਲੈਂਦੇ ਹਾਂ ਵੀ ਅਸੀਂ ਮਾਲਕਾ ਤੂੰ ਸਾਡਾ ਆਹ ਕੰਮ ਕਰਦੇ, ਅਸੀਂ ਤੇਰਾ ਜਾ ਕੇ ਇੱਥੇ ਇਹ ਸੇਵਾ ਚੜ੍ਹਾ ਕੇ ਆਵਾਂਗੇ, ਅਸੀਂ ਆਹ ਕਰਾਂਗੇ, ਵੀ ਜਿਸ ਮਾਲਕ ਨੇ ਯਾਰ, ਅਸੀਂ ਕਿਹਦੇ ਨਾਲ ਠੱਗੀ ਕਰੀ ਜਾਂਦੇ ਹਾਂ, ਜਿਸ ਮਾਲਕ ਨੇ ਧਰਤੀ ਬਣਾਈ, ਅਸਮਾਨ ਬਣਾਇਆ, ਸੂਰਜ ਚੰਦ ਤਾਰੇ ਬਣਾਏ, ਅਸੀਂ ਉਹਦੀ ਕੀ ਸੇਵਾ ਕਰ ਦਾਂਗੇ। ਅਸੀਂ ਕੂਲਰਾਂ ਦੇ ਉਹਨਾਂ ਚੀਜ਼ਾਂ ਦਾ ਭੁੱਖਾ ਥੋੜ੍ਹਾ ਹੀ ਹੈ ਜਿਹੜੇ ਆਪਾਂ ਕਹਿੰਦੇ ਪੱਖੇ ਲਵਾ ਦਈਏ, ਉਹ ਚੀਜ਼ਾਂ ਕਰਦੀ ਹੈ, ਚਾਰ ਪੱਖੇ ਲਵਾ ਦਿਓ ਉੱਤੇ, ਅਸੀਂ ਉੱਤੇ ਆਪਦਾ ਨਾਂ ਲਿਖਵਾ ਦਿੰਦੇ ਹਾਂ ਵੀ ਫਲਾਨਾ ਸਿਓ, ਫਲਾਨਾ ਸਿਓ, ਵੀ ਯਾਰ ਉਹ ਤੁਹਾਡੇ ਪੱਖਿਆਂ ਦਾ ਭੁੱਖ ਹੈ, ਜਿਹਨੇ ਇੰਨੇ ਮਤਲਬ ਕੋਈ ਸੋਚ ਸਕਦਾ ਵੀ ਕੋਈ ਕੋਈ ਬੰਦਾ, ਕੋਈ ਪ੍ਰਧਾਨ ਮੰਤਰੀ, ਰਾਜਾ, ਕੋਈ ਵੀ ਕੋਈ ਇੱਕ ਤਾਰਾ ਬਣਾ ਦੂਗਾ, ਕੋਈ ਚੰਦ ਬਣਾ ਦੂਗਾ, ਵੀ ਯਾਰ ਜਿਸ ਮਾਲਕ ਨੇ, ਉਹ ਬਾਣੀ ਕਹਿੰਦੀ ਹੈ ਵੀ ਕੋਟ ਬ੍ਰਹਿਮੰਡ ਕਾ ਠਾਕਰ ਸਵਾਮੀ, ਵੀ ਕਰੋੜਾਂ ਹੀ ਬ੍ਰਹਿਮੰਡ ਹੈ, ਇਹ ਬਾਣੀ ਕਹਿੰਦੀ ਹੈ, ਅਸੀਂ ਨਹੀਂ ਕਹਿੰਦੇ, ਪੂਰਨ ਤਾਕਤਾਂ ਜਿਹੜੀਆਂ ਇੱਥੇ ਧਰਤੀ 'ਤੇ ਪੂਰਨ ਫਕੀਰ ਆਏ, ਜਿਹੜੇ ਖੁਦ ਅਕਾਲ ਪੁਰਖ ਫਕੀਰਾਂ ਦਾ ਰੂਪ ਧਾਰ ਕੇ ਇਸ ਧਰਤੀ 'ਤੇ ਆਏ, ਉਹਨਾਂ ਦੇ ਫੈਸਲੇ ਆਏ ਵੀ ਕੋਟ ਬ੍ਰਹਿਮੰਡ ਕਾ ਠਾਕਰ ਸਵਾਮੀ ਸਰਬ ਜੀਆਂ ਕਾ ਦਾਤਾਰੀ, ਵੀ ਜਿਸ ਮਾਲਕ ਨੇ ਕਰੋੜਾਂ ਬ੍ਰਹਿਮੰਡ ਬਣਾਏ, ਅਸੀਂ ਉਹਦੀ ਕੀ ਸੇਵਾ ਕਰ ਦਾਂਗੇ ਯਾਰ, ਕਿਉਂ ਅਸੀਂ ਆਪਣੇ ਆਪ ਨਾਲ ਠੱਗੀਆਂ ਕਰੀ ਜਾਂਦੇ ਹਾਂ, ਅਸੀਂ ਰੋਜ਼ ਮੌਤ ਦੇ ਕਰੀਬ ਹੁੰਦੇ ਜਾ ਰਹੇ ਹਾਂ, ਅਤੇ ਸਾਨੂੰ ਲੱਗਦਾ ਅਸੀਂ ਤਰੱਕੀ ਕਰ ਰਹੇ ਹਾਂ। ਹੋਰ ਗੱਲ ਪੁੱਛਣਾ ਚਾਹੂੰਗਾ, ਜਿਸ ਤਰ੍ਹਾਂ ਕਿ ਕਰੋਨਾ ਮਹਾਂਮਾਰੀ ਤੋਂ ਪਹਿਲਾਂ ਤੁਸੀਂ ਲੋਕਾਂ ਦੇ ਵਿੱਚ ਨਹੀਂ ਸੀ, ਪ੍ਰਫੁੱਲਿਤ ਨਹੀਂ ਸੀ, ਲੋਕ ਜਦੋਂ ਕਰੋਨਾ ਮਹਾਂਮਾਰੀ ਹੋਈ ਉਸ ਤੋਂ ਬਾਅਦ ਤੁਸੀਂ ਗਾਣਾ ਕੱਢਿਆ, ਜਿਹਦੇ ਕਾਰਨ ਸੂਫੀ ਗਾਇਕੀ ਜਿਹੜੀ ਸੀਗੀ ਉਹ ਤੁਹਾਡੀ ਇੰਨੀ ਕੁ ਚਰਚਾ ਦਾ ਵਿਸ਼ੇ ਬਣੀ ਸੀ ਕਿ ਲੋਕਾਂ ਦੇ ਵਿੱਚ ਆਏ ਦਿਨ ਹਰੇਕ ਦੇ ਮੋਬਾਈਲ ਦੇ ਉੱਤੇ ਬੜੀ ਵੀਡੀਓ ਵਾਇਰਲ ਵੀ ਹੋਣ ਲੱਗ ਗਈਆਂ ਸੀ ਤੁਹਾਡੀਆਂ ਦੋਨਾਂ ਦੀਆਂ, ਅਤੇ ਲੋਕ ਪਸੰਦ ਵੀ ਬਹੁਤ ਕਰ ਰਹੇ ਸੀਗੇ, ਅਤੇ ਸੂਫੀ ਗਾਇਕੀ ਜਿਹੜੀ ਹੈਗੀ ਹੈ ਤੁਸੀਂ ਕੀ ਮੰਨਦੇ ਹੋ, ਜਿੱਦਾਂ ਹੁਣ ਹੰਸਰਾਜ ਹੰਸ ਵੀ ਸੂਫੀ ਗਾਇਕ ਸੀ ਹੈਗੇ ਨੇ ਆਪਣੇ ਵਿੱਚ ਹੀ ਨੇ, ਅਤੇ ਨਾਲ ਹੀ ਅਗਰ ਗੱਲ ਕਰੀਏ ਆਪਣਾ ਜਿਹੜਾ ਸੂਫੀ ਗਾਇਕੀ ਦਾ ਜਿਹੜਾ ਹੈਗਾ ਹਿੱਸਾ, ਉਹ ਤੁਸੀਂ ਕੀ ਮੰਨਦੇ ਹੋ ਕਿ ਸਤਿੰਦਰ ਸਤਾਜ ਜਿਹੜੇ ਹੈਗੇ ਨੇ ਉਹਨਾਂ ਨੂੰ ਕੀ ਸਮਝਦੇ ਹੋ, ਕਿੰਨਾ ਕੁ ਹਿੱਸਾ ਜਿਹੜਾ ਹੈਗਾ ਤੁਹਾਡੇ ਇਸ ਜਿਹੜਾ ਮੋਟੀਵੇਸ਼ਨ ਦਾ ਹਿੱਸਾ? ਨਹੀਂ ਨਹੀਂ, ਸਾਰੇ ਵਧੀਆ ਗਾਉਣ ਵਾਲੇ ਹੈਗੇ ਆ, ਅਸੀਂ ਸਾਰਿਆਂ ਦੀ ਕਦਰ ਕਰਦੇ ਹਾਂ, ਅਸੀਂ ਸਭ ਦੀ ਕਦਰ ਕਰਦੇ ਹਾਂ। ਦੇਖੋ ਕੋਈ ਵੀ ਹੈ, ਭਾਵੇਂ ਉਹ ਕਿਸੇ ਦਾ ਨਾਮ ਹੋ ਜਾਂਦਾ, ਕਿਸੇ ਦਾ ਨਾਮ ਨਹੀਂ ਹੁੰਦਾ, ਕੋਈ ਗੁੰਮਨਾਮ ਰਹਿ ਜਾਂਦਾ, ਹੈ ਨਾ, ਜੋ ਵੀ ਚੰਗਾ ਸਮਾਜ ਲਈ ਕੁਛ ਵੀ ਚੰਗਾ ਕਰ ਰਿਹਾ, ਇਕੱਲੀ ਗਾਇਕੀ ਦਾ ਖੇਤਰ ਨਹੀਂ, ਕੋਈ ਵੀ ਖੇਤਰ ਹੈ, ਭਾਵੇਂ ਕੋਈ ਕਿਸੇ ਵੀ ਖੇਤਰ ਦੇ ਵਿੱਚ ਸਮਾਜ ਦੇ ਲਈ ਜੋ ਅੱਛਾ ਕਰ ਰਿਹਾ, ਚੰਗਾ ਕਰ ਰਿਹਾ, ਉੱਦਮ ਕਰ ਰਿਹਾ, ਉਪਰਾਲਾ ਕਰ ਰਿਹਾ, ਸਭ ਦੀ ਸੇਵਾ ਕਰ ਰਿਹਾ, ਅਸੀਂ ਤਾਂ ਸਭ ਦੀ ਕਦਰ ਕਰਦੇ ਹਾਂ। ਸੂਫੀ ਗਾਇਕੀ ਅਸਲ ਦੇ ਵਿੱਚ ਕੀ ਹੈ? ਸੂਫੀ ਗਾਇਕੀ ਮਾਲਕ ਨਾਲ ਮਿਲਾਉਣ ਦਾ ਇੱਕ ਰਸਤਾ ਹੈ। ਜਿਵੇਂ ਢਿੱਲੋਂ ਸਾਹਿਬ ਨੇ ਪਹਿਲਾਂ ਦੱਸਿਆ ਵੀ ਅਸੀਂ ਕਿੱਥੋਂ ਆਏ ਹਾਂ, ਕੀ ਕਰਨ ਆਏ ਹਾਂ ਅਤੇ ਕਿੱਥੇ ਜਾਣੇ। ਸੂਫੀ ਗਾਇਕੀ ਜਿਹੜੀ ਹੈਗੀ ਹੈ ਉਹ ਉਸ ਸਵਾਲਾਂ ਦੇ ਜਵਾਬ ਹੈ।
शाह हुसैन साहब होए है, सुल्तान बाहू साहब होए है, बाबा बुले शाह होए है, साढ़े गुरु साहब दस गुरु साहबान होए है, उन्हें दिन गल्ला जड़िया उन्हों की बाणी है वह सारी ये कहती है भी बंदे अपने आप को जान अपने इस समझी ने लिखा नो यूर सैल्फ एंड बी परफेक्ट अपने आप को जान ते पूर्ण बनो। तो यह सारिया गल्ला सारे फकीर की बाणी यही कहती है। वह जो गायक उन्होंने फकीर की बाणी जदों गाने वाले ने गाता तो वह सूफी गायक खाए गए। तो यह सारी ये कहती है भी यार अपने आप को जाणो, तुसीं उल्टे रस्ते चली जाने हो, उल्टे रस्ते ना चलो, अपने आप नाल धोखा ना करो। गीत इस जिहड़ा इह टाइम चल रहा जी, साडी तां कोशिश यही रही है भी इहदे नाल जोड़ के लोगों नूं कोई सच्चाई गल किते मतलब मालक वाले पासे लै के जाया जावे, लोग आपस च प्यार करन, है ना। सैनिटाइजर वाला गाना किसे चीज नूं टच करन तों भी घबराउने आ, मिंट मिंट ते हथां नूं सैनिटाइजर लाउने आ, जेड़े दिलां नूं वायरस लगे, दिलां नूं वायरस लगे आओ ओ भी साफ करिए, किसे तों माफी मंग लईए ते किसे नूं माफ करिए, किसे तो माफी मंग लईए ते किसे नू माफ करिए। सैनिटाइजर तुसीं तां मतलब किते ना किते लोकां दे दिलां नू छून वाली हर एक गल जिहड़ी हैगी आ तुसीं अपने गीतां दे माध्यम नाल रख रहे हो। एक गल होर, अज कल एक संगीत दे विच जिहड़ा कि पंजाबी संगीत की गल करते हैं, पंजाबी संगीत किते ना किते जिथे कि जे सिद्धू मूसेवाला हो जाए या बब्बू मान हो जाए, तुसीं देखिया होगा काफ़ी फैनस उन्हां दे फाइट भी चल रही है, इन्हां लोकां नू तुसीं की कहना चाहोगे? क्योंकि फैनस फॉलोइंग दे विच लड़ाई होना किते ना किते तुहानूं लगदा कि गलत गल है, क्योंकि जिद्दां कबड्डी कप दे दौरान मेरा कट ज़्यादा होया या वह कट ज़्यादा होया, ये उत्ते तुसीं की सोचना? नहीं, सोचना की है जी, ये देखो सारे जिहड़े सुनन वाले है ना, वो सारे सिंगर जिन्हें भी सिंगर हैगे है सारे नाल ही प्यार करना चाहिए, उन्हां दी गायकी नाल प्यार करना चाहिए। तो किसी सिंगर दे पिछे लग के है ना आपस गाल गलोच करना या किसी नूं चंगा मंदा कहना, ये कोई चंगी गल है नहीं। हर बंदे दी आपदी आपदी देखो जिदा उहदा दिल करदा है, अंदर उहदा कहिंदा है, वह गाउंदा है, तो असी इस चीज़ नूं सही नहीं मनते भी किसी दे मतलब फैन है कोई, है ना। फैन तो वैसे वेख्या जाए तो असली तो मालक दे होने चाहिए यार, वो फैन बनो जिन्हें। नहीं, वो पता चकर के वो साढ़े तो बड़े सीनियर है, असी उन्होंने कुछ भी नहीं कह, नहीं असी है कि असी इन्ने वड्डे नहीं होए ना भी असी सिद्धू मूसे वाले ते बब्बू मान जी नूं उन्हां नूं कुछ कह सकीए, असी तो आप जिहड़े उन्हां दे फैन है ना, साडी ते गिणती अजे उन्हां च है, ते असी इन्ने वड्डे नहीं होए भी असी उन्हां दे बारे या उन्हां नूं कुछ कह सकीए, है ना। वो मतलब वड्डे गायक है, वड्डा नाम है उन्हां दा। असी नहीं, सब की कदर करो, है ना, सिद्धू मूसे वाले की भी कदर करो, बब्बू मान साहब की भी कदर करो, सब की कदर करो। क्यों लड़ते हैं? क्योंकि असं इतने लड़न थोड़ा आए हैं यार, असं इतने सानू मालक ने चार दिन की जिंदगी बख्शी है कि चार दिन की जिंदगी का तो नफरत पालिया ने, लड़ लड़ के एक दूजे नाल क्यों उमर गालिया ने, प्रेम का हथ बधा के नवी एक शुरुआत करिए, किसी तो माफ़ी मंग लीए तो किसी को माफ़ करिए, असं एवें लड़ी जाने इतने, असं तो लड़न नहीं आए, असं इतने मालक की बंदगी करना आए हैं। तो उन्होंने सारे दोस्तों उन्होंने सारे भरावों यही बेनती है, गुजारिश है, छोटे हैं वैसे असं कुछ कहने जोगे हाले नहीं होए, असं यही बेनती करते हैं भी लड़ो ना, सबनों माफ़ करो, जे किसी का औगुण देख भी लो तो उन्होंने भी छड्डो पर, क्योंकि किसी फकीर ने कहा सी भी गुस्सा उन्हों करना चाहिए जिन्हें कदे आप गलती ना की होवे, ते दुनिया ते कोई ऐसा इंसान बिरला ही बेशक कोई होवे जिन्हें कदे गलती ना की होवे। असी रोज़मर्रा की जिंदगी दे विच रोज़ बहुत गलतियां करते हैं, हज़ारां गलतियां करते हैं, तो सानू किसी दी गलतियां जे किस तो हो भी जाए तो उन्हों माफ़ करना चाहिए, क्योंकि उन्हों भी संभलन का सुधरन का एक मौका देना चाहिए, तो लड़ना नहीं चाहिए, प्रेम ना रहना चाहिए। और असं पुछना चाहवागे तुम जिस तरह हूँ हजे भी कोरोना महामारी का दौर चल ही रहा है, कितने ना कि डॉक्टर ने या फिर कई ने वलंटरिया ने काफ़ी इन्होंने हैल्प भी की, लोगों की मदद भी आए, मददगार भी हुए, तुम देखा होगा कि हूँ कोई अपना नहीं हाथ लाता लेकिन वो अगे वध के हाथ लाते ने। नहीं देखो ये
सारे ही डॉक्टर भी ते पत्रकार भी देखो पुलिस भी जड़ी है ये सड़ी वो लोकां वास्ते समाज वास्ते बड़ा कम करी जा रही है ते उद्देश वास्ते कम करन लग रहे हैं। मैं तो सारे नू गुजारिश करांगा भी जदों तक अपन सारे इकट्ठे नहीं होवांगे ना हर बंदे कोले टाइम हैगा हुण हर बंदा देश वास्ते कम कर सकता है। आपदे आप नू बचाओ आपदे परिवार नू आपदे घर दे हर बंदा जागरूक होकर रवे है ना इन्हां चीज़ां का यूज करे जिते सैनिटाइजर यूज करना है जिते बाहर किसी नाल 5 फुट या मास्क लगा के रखना वो लगा के अपन नू रखना ही चाहिए। हुण मौका हैगा हर बंदा कहिंदा भी मैं देश वास्ते कुछ करा हुण देश वास्ते समाज वास्ते इंसानियत वास्ते प्रकृति वास्ते करन दा टाइम हैगा हुण करना चाहिए हर बंदे नू करना चाहिए। ते असी तो उन्हां सारे दे चरणां दे विच नतमस्तक करदे आ सब नू सलाम करदे आ जिन्हां ने इस बुरे दौर दे विच सब दी सेवा की साडे समाज की सेवा की असली सेवा यह है असली सेवा यह है भी किसी भुखे दे पेट दे विच उन्हूं अनाज देना उन्हूं खाण लई उन्हूं रोटी देनी उन्हूं पहनण लई कपड़े देने उन्हूं रहण लई टिकाणा देना ये बड़ा बुरा समा सीगा जिन्हां ने भी जिदा वीर ने दस्या भी पुलिस वाले भी साडे डॉक्टर साहिबान भी जिन्हां ने अपनी जिंदगी खेड के अपनी जिंदगी की बाजी खेड के सारे दी जानां बचाईआं सब का शुकराना तो सबनों उदों के बनना चाहिए सबनों ही साढ़े समाज लिए यह बनते फर्ज अदा करने चाहिए। कई जगह पर तो पुलिस के उत्ते हमले भी होए तुम देखा होएगा कि जिदा कि पुलिस के भी होए डॉक्टर के भी होए जी डॉक्टर जो चैक कर जाते हैं हूँ कई आप वेखते हैं पिंड जाते चैक करने वास्ते वो अपने वास्ते जा रहे हैं उन्हें आप दे वास्ते तो जा नहीं रहे तो लोग उन्होंने पिछे पेंदे है इस तरह की चीज़ा नहीं होनी चाहिए पर अपना समाज भी देखो कितने ना कितने लोगों की गलती भी है नहीं हुण पिछे केस हो रहे थे भी इंसानियत इन्नी गिर चुकी है प्रकृति के उत्ते भी लोगों के गुरदे ही कढ़ी जा रहे करोना दे इहदे आड़ दे विच इह भी चीज़ा गलत है मतलब देखो इंसान किदां दा बन गया भी किन्ना माड़ा टाइम आया होया किन्ना मतलब अपने सारिआं दे इंसानियत दे उत्ते किन्ना बुरा टाइम इस टाइम भी वो मतलब मालक नूं याद नहीं करन लग रहा यह भी देखे जाते भी किसी के गुरदे कढ़ लो किसी का कुछ कढ़ लो यह भी चीज़ा भी गलत है मालक तो डर के रहना चाहिए हमेशा। इस समय इस दौर के उत्ते एक जिहड़ा तुहाडे तों एक होर सूफी का कोई हाँ जी बुरा दौर है गुजर जाए बुरा दौर है गुजर जाएगा मन समझा लो जान कीमती सब तो पहला जान बचा लो बुरा दौर है गुजर जाएगा मन समझा लो जान कीमती सब तो पहला जान बचा लो बाबा नानक पली करूगा बाबा नानक पली करूगा। बिल्कुल तुहाडे हरेक गीत दे विच कुछ ना कुछ लोकां दा दर्द भी छुपिया है ते किते ना किते लोकां दी जिहड़ी अंतरात्मा दी गल है वह भी किते ना किते दर्शांदी हैगी है ते तुसीं जदों ये गीत लिखदे हो की सोच के लिखते हो कि ये इस तरह का दर्द होंदा है कि जिहड़े लोकां दे विच लोकां दा दर्द ही जिहड़ा हैगा वह सामने आंदा नहीं मैं कोई भी चीज़ असल दे विच पहली गल तो यह है भी मैं कुछ भी मैं जे कहां भी मैं लिख रहा तो वह होम है मेरी क्योंकि मैं कुछ नहीं लिख रहा वो अंदर बैठा मालिक वो सब खेड ओदी है सब वो आप सिरजनहार वो है ओदी सिरजन है सारी। दूसरा यह है भी कोई भी चीज़ जो अंदरों आ रही है मैनू ए लग रहा भी मेरे ते बीत रही है वो मैं अपने आप ते हंडा रहा वो मेरा ही दर्द है वो मेरा दर्द है वो मेरा दर्द बाहर आ रहा है बस नहीं बिल्कुल अभिषेक जी इदा ना बंदा लिख नहीं सकता बंदा कुछ भी नहीं कर सकता जो कुछ है वो प्रकृति वो नेचर वो मालिक वो वाहिगुरु उ करवाता है वही आकाशवाणी दिंदा है ना हुण आपां इत्थे बैठे हाँ आ देखो अमरूद दे पत्ते दी किते कलम कैंची चलाउंदा देखिया मालिक नूं किते किन्नी सोहनी कटिंग कर रखी है आ अमरूद कित्थों उहदे अंदर मिठास भरदा है ना गुलाब दे फुल देखो कटिंग किवें करदा है उहदे अंदर रंग किवें भरे गए किदां आपां सोच ही नहीं रहे आपां कहिंदे मालक है ही नहीं मालक तो चारों पासे तो आपां दिसी जा रहा मालक हैगा अन्ने होए पए आ बहरे होए पए आ सुनदी नहीं उहदी आवाज़ां है ना रौले उत्थे जाके पैंदे ना जिथे मैं आ जांदी आ बंदे नूं लगदा भी मैं ऐ करता भी तूं की करता आ देखो देखो किवें कटिंग कीती किवें रंग भरिया किवें अलग अलग इत्थे हज़ारां बूटे खड़े आ सब दी वखो वखरी कटिंग है वखो वखरे रंग है वखो वखरियां महक है वखो वखरे स्वाद है भी मालक ने बंदे दी शकलां दा चलो आपां कहने आ अंगूठे दे निशान नहीं किसे दे मिलदे नहीं मिलदे ना वो मालक कोल किन्ना जबरदस्त फरमा है आ बंदे दी छड्डो आ आपां जिहड़े हैगे है चाहे अमरूद है किन्नू है चाहे जवार है ना चाहे झोना है इन्हां दी शकलां मिलदियां पेड़ अड अड किदां कर रखे है वो है प्रकृति अपने कोल ही है आ कहिंदे भी बंदे दे नाल दो फरिश्ते हमेशा रहिंदे है
ਉਹ ਬੰਦੇ ਦੇ ਚੰਗੇ ਅਤੇ ਮਾੜੇ ਕਰਮ, ਚੰਗੀ ਅਤੇ ਮਾੜੀ ਗੱਲਾਂ ਹਮੇਸ਼ਾ ਨੋਟ ਕਰਦੇ ਰਹਿੰਦੇ ਆ। ਤੁਸੀਂ ਜਿੱਥੇ ਮਰਜ਼ੀ ਭੱਜ ਲਓ, ਆਪਾਂ ਤਾਂ ਕੋਈ ਗਲਤ ਕੰਮ ਕਰਦੇ ਹਾਂ, ਰਿਸ਼ਵਤ ਲੈਂਦੇ ਹਾਂ, ਆਪਾਂ ਦੇਖਦੇ ਹਾਂ ਵੀ ਇੱਧਰ ਉੱਧਰ ਕੋਈ ਮੋਬਾਈਲ 'ਚ ਕੈਮਰਾ ਤਾਂ ਲੱਗਿਆ, ਕੋਈ CCTV ਕੈਮਰਾ ਤਾਂ ਲੱਗਿਆ, ਪਰ ਉਹਦੇ ਕੈਮਰੇ ਆਪਣੇ ਅੰਦਰ ਹੀ ਫਿੱਟ ਹੈ। ਹਰ ਆਪਾਂ ਕੀ ਸੋਚਿਆ ਕਿਸੇ ਦੇ ਬਾਰੇ, ਆਪਾਂ ਨਿੱਕੀ ਜੀ ਵੀ ਕਿਸੇ ਦੇ ਬਾਰੇ ਨਫ਼ਰਤ ਪਾਲਦੇ ਹਾਂ, ਨਿੱਕੀ ਦੀ ਵੀ ਕਿਸੇ ਦੇ ਬਾਰੇ ਗਲਤ ਸੋਚਦੇ ਹਾਂ, ਕੋਈ ਪਲਾਨਿੰਗ ਕਰਦੇ ਹਾਂ, ਉਹ ਮਾਲਕ ਕੋਲ ਉਦੋਂ ਹੀ ਕੈਪਚਰ ਹੋ ਜਾਂਦਾ। ਜਦੋਂ ਲਾਸਟ ਟਾਈਮ ਆਇਆ ਫਿਰ ਪੂਰੀ ਮੂਵੀ ਦਿਖਾਈ ਜਾਊਗੀ, ਆਹ ਦੇਖ ਭਾਈ ਵਰਿੰਦਰ ਢਿੱਲੋਂ, ਸ਼ਮਸ਼ੇਰ ਲਹਿਰੀ, ਤੁਸੀਂ ਇੰਨੇ ਇੰਨੇ ਆਹ ਮਾੜੇ ਆਹ ਕੰਮ ਕਰ ਰੱਖੇ, ਆਹ ਤੁਹਾਡੀ ਫਿਲਮ ਹੈ ਅਤੇ ਤੁਹਾਨੂੰ ਇਹਨਾਂ ਕਰਮਾਂ ਦਾ ਆਹ ਤੁਹਾਨੂੰ ਫਲ ਹੈ, ਤੁਹਾਨੂੰ ਕੋਈ ਬੋਲਣਾ ਹੈ ਤਾਂ ਦੱਸੋ ਵੀ ਆਹ ਤੁਸੀਂ ਕਿਤੇ, ਹਾਂ ਜੀ ਕਿਤੇ, ਫਿਰ ਆਹ ਚੱਕੋ ਫਿਰ ਆਹ। ਸਾਨੂੰ ਲੱਗਦਾ ਵੀ ਅਸੀਂ ਕਿਸੇ ਨਾਲ ਠੱਗੀ ਕਰ ਰਹੇ ਹਾਂ, ਪਰ ਉਹ ਠੱਗੀ ਅਸੀਂ ਆਪਣੇ ਆਪ ਨਾਲ ਹੀ ਕਰ ਰਹੇ ਹਾਂ, ਕਿਸੇ ਨਾਲ ਨਹੀਂ ਹੋ ਰਹੀ, ਕਿਉਂਕਿ ਮਾਲਕ ਨੇ ਸਾਨੂੰ ਇਹ ਇਨਸਾਨੀ ਜਾਮਾ ਜਿਹੜਾ ਬਖਸ਼ਿਆ ਹੈ, ਇਹ ਮਾਲਕ ਦੀ ਬੰਦਗੀ ਕਰਨ ਲਈ ਬਖਸ਼ਿਆ, ਅਤੇ ਪਲ ਪਲ ਸਾਡੇ ਸਵਾਸ ਜਿਹੜੇ ਘੱਟ ਰਿਹਾ। ਕਿਸੇ ਫਕੀਰ ਨੇ ਕਿਹਾ ਵੀ ਜਿਹੜੀ ਇਹ ਘੜੀ ਦੀ ਟਿਕਟ ਹੈ ਇਹਨੂੰ ਮਾਮੂਲੀ ਨਾ ਸਮਝੋ, ਇਹ ਤੁਹਾਡੀ ਸਵਾਸਾ ਰੂਪੀ ਜਿਹੜੀ ਪੂੰਜੀ ਹੈ ਉਹ 'ਤੇ ਪਲ ਪਲ ਕੁਲਾੜੀ ਚੱਲ ਰਹੀ ਹੈ, ਅਤੇ ਕੁਲਾੜੀ ਜਦੋਂ ਚੱਲ ਰਹੀ ਹੈ ਤਾਂ ਉਹ ਕੱਟੀ ਜਾਣੀ ਹੈ, ਉਹ ਜਿਹੜੇ ਟਾਹਣੀ ਆ ਉਹ ਕੱਟੀ ਜਾਣੀ ਹੈ। ਅਤੇ ਸਾਨੂੰ ਲੱਗਦਾ ਵੀ ਅਸੀਂ ਬਹੁਤ ਸਿਆਣਪਾਂ ਕਰ ਰਹੇ ਹਾਂ, ਅਸੀਂ ਬਹੁਤ ਤੁਹਾਡੇ ਬਰਥਡੇ ਦੇ ਕੇਕ ਕੱਟੀ ਜਾਂਦੇ ਹਾਂ, ਅਸੀਂ ਜਨਮਦਿਨ ਮਨਾਉਂਦੇ ਹਾਂ, ਅਤੇ ਅਸੀਂ ਪਲ ਪਲ ਮੌਤ ਦੇ ਨਜ਼ਦੀਕ ਹੁੰਦੇ ਜਾ ਰਹੇ ਹਾਂ, ਅਸੀਂ ਕਰਨ ਕੀ ਆਏ ਸੀ, ਕਰੀ ਕੀ ਜਾਂਦੇ ਹਾਂ, ਉਲਟੇ ਰਸਤੇ ਪਏ ਹੋਏ ਹਾਂ। ਸਰ ਜਾਂਦੇ ਜਾਂਦੇ ਹੁਣ ਸਾਡੇ ਦਰਸ਼ਕਾਂ ਨੂੰ ਕੋਈ ਦੋ ਬੋਲ ਜਿਹੜੇ ਕਿ ਤੁਹਾਡੇ ਜਿਹੜੇ ਨਵੇਂ, ਅਸੀਂ ਗੀਤ ਕੀ ਸੱਚਾਈ ਹੈ ਜੀ, ਮਹਿਲਾਂ ਵਾਲੇ ਮਹਿਲ ਛੱਡਣਗੇ, ਮਹਿਲਾਂ ਵਾਲੇ ਮਹਿਲ ਛੱਡਣਗੇ, ਕੁੱਲੀਆਂ ਵਾਲੇ ਕੁੱਲੀ, ਸਭ ਨੂੰ ਪਤਾ ਕੁਝ ਨਾਲ ਨਹੀਂ ਜਾਣਾ ਫਿਰ ਵੀ ਦੁਨੀਆ ਭੁੱਲੀ, ਸਭ ਨੂੰ ਪਤਾ ਕੁਝ ਨਾਲ ਨਹੀਂ ਜਾਣਾ ਫਿਰ ਵੀ ਦੁਨੀਆ ਭੁੱਲੀ, ਕਰਨ ਕੀ ਆਏ ਦੁਨੀਆ ਉੱਤੇ, ਕਰਨ ਕੀ ਆਏ ਦੁਨੀਆ ਉੱਤੇ, ਸੋਚਣ ਦੀ ਐ ਲੋੜ ਕੁੜੇ, ਹੱਥ ਬਨ ਕੇ ਝਗੜਾ ਛੋੜ ਕੁੜੇ, ਹੱਥ ਬਨ ਕੇ ਝਗੜਾ ਛੋੜ ਕੁੜੇ। ਸੋ ਤੁਸੀਂ ਦੇਖਿਆ ਕਿ ਕਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਕਿ ਲੋਕ ਜਿਹੜੇ ਸੀਗੇ ਘਰਾਂ ਦੇ ਵਿੱਚ ਡਰ ਕੇ ਬੈਠ ਗਏ ਸੀ, ਔਰ ਕਿਤੇ ਨਾ ਕਿਤੇ ਹਰ ਕਿਸੇ ਦੀ ਕਿਤੇ ਨਾ ਕਿਤੇ ਜ਼ਿੰਦਗੀ ਜਿਹੜੀ ਸੀਗੀ ਉਹ ਥੰਮ ਗਈ ਸੀਗੀ, ਰਫ਼ਤਾਰ ਥੰਮ ਗਈ ਸੀ, ਕਈ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਲੇਕਿਨ ਇਹਦੇ ਦੌਰ ਦੇ ਵਿੱਚ ਸਾਡੇ ਨਾਲ ਜਿਹੜੇ ਇੱਕ ਐਸੇ ਦੋ ਸੂਫੀ ਗਾਇਕ ਸੀ ਜਿਨ੍ਹਾਂ ਨੂੰ ਲੋਕਾਂ ਨੇ ਬੇਹੱਦ ਪਿਆਰ ਦਿੱਤਾ, ਅਤੇ ਜਿਹੜੇ ਕਿ ਅੱਜ ਉਹ ਅਲੱਗ ਮੁਕਾਮ ਜਿਹੜਾ ਹੈਗਾ ਉਹਨਾਂ ਨੂੰ ਅੱਜ ਦੁਨੀਆ ਅਲੱਗ ਮੁਕਾਮ ਦੇ ਹਿੱਸੇ 'ਚ ਦੇਖਦੀ ਹੈ। ਅਤੇ ਨਾਲ ਹੀ ਹੁਣ ਇੱਥੇ ਦੇਖਣ ਵਾਲੀ ਗੱਲ ਹੋਏਗੀ ਕਿ ਆਉਣ ਵਾਲੇ ਸਮੇਂ ਦੇ ਦੌਰ ਦੇ ਵਿੱਚ ਕਿ ਇਹ ਨਵੇਂ ਕਿਸ ਤਰ੍ਹਾਂ ਦੇ ਜਿਹੜੇ ਗੀਤ ਹੈ, ਸੂਫੀ ਗੀਤ ਹੈ ਜਿਹੜੇ ਉਹ ਸਾਡੇ ਵਿੱਚ ਲੈ ਕੇ ਆਉਂਦੇ ਨੇ। ਲੁਧਿਆਣਾ ਤੋਂ ਅਭਿਸ਼ੇਕ ਬਹਿਲ ਦੇ ਨਾਲ ਸੇਠੀ ਚੌਹਾਨ, ਦੈਨਿਕ ਸਵੇਰਾ ਟੀਵੀ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ, ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ, ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84-374-94-648, 84-374-94-648। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼।